छोटा सरदार किथे है? कमरे च ही होएगा, सरप्राइज देनी है ओनू। जी कैसे हो आप? खुशविंदर तेरे वाल आजकल तो फैशन है, मेरे सभी दोस्तों ने कटवाए हैं। तू हिंदी च क्यों गल कर रहे हैं खुशविंदर? पढ़े लिखे लोग इंग्लिश और हिंदी में ही बात करते हैं, हमारे स्कूल में तो पंजाबी बोलने पर तो फाइन भी हो जाता है। करे ता नहीं ना तेन कोई जुर्माना हुंदा, करे ता तू पंजाबी च गल कर सकदा है। ठीक है बुआ जी। बुआ जी इन्नी केड़ी वड्डी गल होगी, मैं बाल ही तां कटवाए आ। बहुत वड्डी गल है ये। ओहो बुआ जी चंगा मैं खेडन चलिया। आ लती है पानी। भाभी खुशविंदर दे वाल तीए मैं इहनू बहुत समझाया, उहने मेरी एक नहीं मन्नी। ਹੋਰ ਦਮਨ ਕੀ ਹਾਲ ਚਾਲ ਹੈ? ਆਂਟੀ ਸਤਿ ਸ਼੍ਰੀ ਅਕਾਲ ਜੀ, ਬਸ ਵਧੀਆ ਆਂਟੀ, ਤੁਸੀਂ ਦੱਸੋ ਜੀ। ਸਤਿ ਸ਼੍ਰੀ ਅਕਾਲ ਜੀ, ਕਦੋਂ ਆਈ ਹੋਸਟਲ ਵਿੱਚੋਂ? ਆਂਟੀ ਕੱਲ੍ਹ ਹੀ ਆਈ ਹਾਂ ਜੀ। ਕਿੱਦਾਂ ਉਦਾਸ ਉਦਾਸ ਲੱਗਦੀ ਹੈ, ਕੀ ਗੱਲ? ਤੇਰੀ ਭਾਬੀ ਖਿਆਲ ਤਾਂ ਪੂਰਾ ਰੱਖਦੀ ਹੈ ਨਾ? ਹਾਂਜੀ ਆਂਟੀ, ਵੀਰੇ ਅਤੇ ਡੈਡੀ ਅਤੇ ਮੰਮੀ ਦੇ ਐਕਸੀਡੈਂਟ ਤੋਂ ਬਾਅਦ ਭਾਬੀ ਤਾਂ ਸਾਡਾ ਖਿਆਲ ਰੱਖਦੀ ਹੈ ਜੀ। ਅਤੇ ਫਿਰ ਤੂੰ ਇੰਨੀ ਕਾਹਤੋਂ ਉਦਾਸ ਹੈ? ਆਂਟੀ ਤੁਹਾਨੂੰ ਪਤਾ ਹੀ ਹੈ ਖੁਸ਼ਵਿੰਦਰ ਨੇ ਵਾਲ ਕਟਵਾ ਲਏ ਹੈ ਨਾ। ਅੱਛਾ, ਤੂੰ ਐਂ ਕਰ ਉਹਨੂੰ ਕਿਸੇ ਗੁਰਦੁਆਰੇ ਜਾ ਕੇ ਨਾ ਮੱਥਾ ਟਿਕਾ ਲਿਆ, ਸ਼ਾਇਦ ਬਾਬੇ ਦੀ ਮਿਹਰ ਪੈ ਜਾਏ। ਹਾਂ ਆਂਟੀ ਸਹੀ ਕਿਹਾ ਤੁਸੀਂ, ਮੈਂ ਉਹਨੂੰ ਕੱਲ੍ਹ ਸਵੇਰੇ ਹੀ ਗੁਰਦੁਆਰਾ ਸਾਹਿਬ ਲੈ ਕੇ ਜਾਂਦੀ ਹਾਂ। ਹਾਂ ਲੈ ਕੇ ਜਾ, ਸਭ ਠੀਕ ਹੋ ਜਾਏਗਾ। ਹਾਂਜੀ ਹਾਂਜੀ, ਇਹ ਤਾਂ ਹੈ ਆਂਟੀ ਜੀ। ਅੱਛਾ ਮੈਂ ਚੱਲਦੀ। ਠੀਕ ਹੈ ਆਂਟੀ ਜੀ। ਖੁਸ਼ਵਿੰਦਰ ਤੈਨੂੰ ਪਤਾ ਹੈ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਸਾਨੂੰ ਸਿੱਖੀ ਮਿਲੀ ਹੈ? ਹਾਂਜੀ ਭੂਆ ਜੀ, ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਨੇਹਾਂ ਵਿੱਚ ਚਿੰਨ੍ਹ ਦਿੱਤਾ ਗਿਆ ਸੀ, ਪਰ ਉਹਨਾਂ ਨੇ ਸਿੱਖੀ ਨਹੀਂ ਛੱਡੀ। ਖੁਸ਼ਵਿੰਦਰ ਤੈਨੂੰ ਪਤਾ ਹੈ ਭਾਈ ਤਾਰੂ ਸਿੰਘ ਜੀ ਨੇ ਆਪਣੇ ਕੇਸ ਕਤਲ ਨਹੀਂ ਹੋਣ ਦਿੱਤੇ ਸੀ, ਉਹਨਾਂ ਨੇ ਆਪਣੀ ਖੋਪੜੀ ਲਵਾ ਲਈ ਸੀ। ਹਾਂਜੀ ਭੂਆ ਜੀ, ਬੀਜੀ ਵੀ ਦੱਸਦੇ ਹੁੰਦੇ ਸੀ। ਜੇਕਰ ਖੁਸ਼ਵਿੰਦਰ ਤੈਨੂੰ ਆਪਣੇ ਇਤਿਹਾਸ ਬਾਰੇ ਇੰਨਾ ਕੁਝ ਪਤਾ ਹੈ ਤਾਂ ਫਿਰ ਤੂੰ ਆਪਣੇ ਕੇਸ ਕਤਲ ਕਿਉਂ ਕਰਵਾਏ? ਕਿਉਂਕਿ ਕਈ ਚੀਜ਼ਾਂ ਸਮਾਂ ਆਉਣ 'ਤੇ ਪਤਾ ਚੱਲਦੀਆਂ ਨੇ। ਚਲੋ ਭੂਆ ਜੀ ਘਰ ਚੱਲੀਏ। ਹਾਲੇ ਦਮਨ ਆਹ ਸਾਰੀਆਂ ਚੀਜ਼ਾਂ ਜਾ ਕੇ ਨਾ ਬਾਜ਼ਾਰੋਂ ਲਏ ਆ। ਭਾਬੀ ਅੱਜ ਬੜੀ ਖੁਸ਼ ਲੱਗਦੀ ਹੈ। ਅਤੇ ਖੁਸ਼ ਕਿਉਂ ਨਾ ਹੋਵਾਂ, ਇੰਨੇ ਵਰ੍ਹਿਆਂ ਪਿੱਛੋਂ ਮੇਰਾ ਦਿਓਰ ਬਾਹਰੋਂ ਆਉਂਦਾ ਪਿਆ, ਮੈਂ ਉਹਦੇ ਸਾਰੀਆਂ ਪਸੰਦ ਦੀਆਂ ਚੀਜ਼ਾਂ ਬਣਾਉਣੀਆਂ ਨੇ। ਪਰ ਭਾਬੀ ਜਦੋਂ ਵੀਰਾ ਖੁਸ਼ਵਿੰਦਰ ਨੂੰ ਵੇਖੇਗਾ ਉਦੋਂ ਫਿਰ? ਇਹੀ ਤਾਂ ਚਿੰਤਾ ਮੈਨੂੰ ਵੱਡ ਵੱਡ ਖਾਂਦੀ ਪਈ ਹੈ। ਤੇਰਾ ਵੀਰ ਹਮੇਸ਼ਾ ਇਹੀ ਚਾਹੁੰਦਾ ਸੀ ਖੁਸ਼ਵਿੰਦਰ ਗੁਰਸਿੱਖੀ ਬਾਣੇ 'ਚ ਰਹੇ ਅਤੇ ਗੁਰਸਿੱਖ ਬਣ ਕੇ ਰਹੇ। ਤੇਰੇ ਵੀਰ ਦੇ ਜਾਣ ਪਿੱਛੋਂ ਕੁਲਜੀਤ ਨੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਉਹ ਵੀ ਖੁਸ਼ਵਿੰਦਰ ਨੂੰ ਇਹੀ ਸਮਝਾਉਂਦਾ ਰਿਹਾ ਵੀ ਗੁਰਸਿੱਖ ਬਾਣੇ 'ਚ ਰਹੇ। ਹੁਣ ਤਾਂ ਚੱਲ ਕੋਈ ਨਾ ਭਾਬੀ, ਮੈਂ ਬਾਜ਼ਾਰ ਜਾਵਾਂਗੀ। ਭਾਬੀ ਜੀ ਵੀਰਾ ਆ ਗਿਆ ਜੀ। ਅੱਛਾ ਭਾਬੀ, ਅੱਸੀ ਗੱਲ ਜੀ, ਜਿਉਂਦੇ ਰਹੋ, ਵੱਡੀਆਂ ਉਮਰਾਂ ਹੋਣ ਪੁੱਤ। ਚਾਚੂ ਆ ਵਿੱਚੋ
ਤਾਂ ਭਾਬੀ ਤੁਸੀਂ ਵੀਡੀਓ ਕਾਲ 'ਤੇ ਮੇਰੀ ਖੁਸ਼ਵਿੰਦਰ ਨਾਲ ਗੱਲ ਨਹੀਂ ਸੀ ਕਰਵਾਉਂਦੇ ਕਈ ਦਿਨਾਂ ਤੋਂ। ਤੂੰ ਪਤਾ ਕਿੰਨਿਆਂ ਦਿਲ ਤੋੜਿਆ, ਤੈਨੂੰ ਜ਼ਰਾ ਵੀ ਸਾਡਾ ਖਿਆਲ ਨਹੀਂ ਆਇਆ। ਬੋਲ ਹੁਣ ਕਿਉਂ ਨਹੀਂ ਬੋਲਦਾ? ਹੁਣ ਇਹ ਕੀ ਬੋਲੂ, ਤੈਨੂੰ ਪਤਾ ਤੂੰ ਕੀ ਕੀਤਾ? ਪਤਾ ਮੈਨੂੰ, ਮੈਂ ਕੀ ਕੀਤਾ? ਹੁਣ ਤਾਂ ਇਹ ਜ਼ੁਬਾਨ ਵੀ ਲੜਾਉਣ ਲੱਗ ਗਿਆ, ਇਹਨੂੰ ਕੀ ਪਤਾ ਦੁੱਖ ਕੀ ਹੁੰਦਾ। ਮੈਨੂੰ ਪਤਾ ਤੁਹਾਡਾ ਦੁੱਖ ਚਾਚੂ, ਜਦੋਂ ਤੁਸੀਂ ਕੈਨੇਡਾ ਜਾ ਕੇ ਵਾਲ ਕਟਵਾਏ ਸੀ ਨਾ, ਉਦੋਂ ਬੀਜੀ ਸਾਰੀ ਰਾਤ ਰੋਂਦੇ ਰਹੇ ਸੀ। ਮੈਂ ਉਹਨਾਂ ਦੇ ਨਾਲ ਹੀ ਤਾਂ ਸੁਣਦਾ ਹੁੰਦਾ ਸੀ, ਕਿੰਨਾ ਮਨਾ ਕਰਦੇ ਸੀ ਉਹ ਤੁਹਾਨੂੰ, ਪਰ ਤੁਸੀਂ ਉਹਨਾਂ ਦੀ ਇੱਕ ਨਹੀਂ ਮੰਨੀ। ਵੀਰੇ ਆਪਾਂ ਉਹਨੂੰ ਵੀ ਕੀ ਕਹੀਏ, ਬੱਚੇ ਤਾਂ ਉਹੀ ਸਿੱਖਣਗੇ ਜੋ ਵੱਡੇ ਕਰਨਗੇ। ਕਿ ਸੱਚ ਹੈ ਸੰਸਾਰ ਤੇ ਸਾਰੇ ਇਨਸਾਨ ਸਾਰੇ ਮਨੁੱਖ ਇੱਕ ਸਾਥ ਇੱਕ ਤਰੀਕੇ ਨਾਲ ਸੰਸਾਰ ਤੇ ਜਨਮ ਲੈਂਦੇ ਨੇ, ਪਰ ਸੰਸਾਰ ਦੀ ਬਾਜੀ ਜਿੱਤ ਕੇ ਕੋਈ ਵਿਰਲਾ ਜਾਂਦਾ, ਜਿੱਤ ਕੇ ਉਹ ਜਾਂਦਾ ਜਿਹੜਾ ਗੁਰੂ ਵੱਲ ਮੁਖ ਕਰ ਲਵੇ। ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਈ ਜੀਓ, ਨਹੀਂ ਤਾਂ ਮਨ ਦੇ ਪਿੱਛੇ ਜਿਹੜਾ ਦੌੜਦਾ ਵਿਸ਼ਿਆਂ ਵਿਕਾਰਾਂ ਪਿੱਛੇ ਦੌੜਦਾ ਉਹ ਤਾਂ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਕੇ ਚੱਲਿਆ ਜਾਂਦਾ। ਸੋ ਇਸ ਕਰਕੇ ਯਤਨ ਕਰ, ਦਮਾਲਾ ਚਲਾਇਆ ਗੁਰੂ ਅੱਗੇ ਅਰਦਾਸ ਕਰਕੇ, ਤੂੰ ਵਰਨਾ ਚਿਹਨਾ ਬਾਹਰਾ, ਤੂੰ ਵਰਨ ਤੋਂ ਜਾਤ ਪਾਤ ਤੋਂ ਨਿਆਰਾ ਹੈ, ਤੂੰ ਚਿਹਨਾ ਤੋਂ ਨਿਆਰਾ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਭਾਵੇਂ ਤੇਰਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤੇ, ਹਰ ਦਿਸੇ ਹਾਜ਼ਰ ਜਾਹਰਾ। ਚਲੋ ਠੀਕ ਹੈ ਪੁੱਤ, ਜਾਓ। ਚਾਚਾ ਜੀ, ਛੋਟੇ ਸਰਦਾਰ ਨੂੰ ਨਹੀਂ ਲੈ ਕੇ ਜਾਓਗੇ ਆਪਣੇ ਨਾਲ? ਪਰਮਾਤਮਾ ਸ਼ੁਕਰ ਹੈ ਦਾਤਿਆ, ਅੱਜ ਪਰਮਾਤਮਾ ਨੇ ਮਿਹਰ ਕੀਤੀ, ਇਹ ਦਿਨ ਭਾਗਾਂ ਵਾਲਾ ਚੜਿਆ, ਸਾਡੇ ਦੋਵੇਂ ਪੁੱਤਰ ਸਰਦਾਰ ਬਣ ਗਏ। ਹਾਂ ਹਾਂ, ਕਿਉਂ ਨਹੀਂ, ਆ ਜਾ ਛੋਟੇ ਸਰਦਾਰ, ਚਰੰਗੇ ਜਾਂਦੇ ਨੇ, ਕਿਰਪਾ ਕਰ ਵਾਹਿਗੁਰੂ, ਮੈਂ ਵੀ ਤੇਰੇ ਚਰਨਾਂ ਵਿੱਚ ਸੇਵਾ ਕਰਦਾ, ਮੈਂ ਜੁਗ ਜੁਗ ਦਇਆ ਸੇਵੜੀ। ਕਈ ਚੀਜ਼ਾਂ ਸਮਾਂ ਆਉਣ ਤੇ ਪਤਾ ਚੱਲਦੀਆਂ ਨੇ, ਕਿਉਂ ਗੁਰਕੱਟੀ ਮਿਹਡੀ ਜੇਵੜੀ, ਗੁਰੂ ਨੇ ਮੇਰੀ ਜਮਾਂ ਦੀ ਫਾਹੀ ਕੱਟ ਦਿੱਤੀ, ਗੁਰੂ ਨੇ ਕਿਰਪਾ ਕੀਤੀ ਮੇਰੀ ਪੱਤ ਰੱਖ ਲਈ, ਮੇਰੀ ਲਾਜ ਰੱਖ ਲਈ, ਹਉ ਬਹੁੜ ਛਿੰਝ ਨਾ ਨੱਚਉ, ਨਾਨਕ ਅਵਸਰ ਲੱਦਾ ਭਾਲ ਜੀਓ, ਅਤੇ ਹੁਣ ਮੈਨੂੰ ਦੁਬਾਰਾ ਇਸ ਗੇੜ ਦੇ ਵਿੱਚ ਨਹੀਂ ਆਉਣਾ ਪਏਗਾ 84 ਲੱਖ ਜੂਨ ਦੇ, ਕਿਉਂ ਕਿਉਂਕਿ ਸੀਸ ਅਤੇ ਗੁਰੂ ਦਾ ਬਖਸ਼ਿਆ ਹੋਇਆ ਦਮਾਲਾ ਸਜਾ ਕੇ, ਭਜਨ ਕਰਕੇ, ਸਿਮਰਨ ਕਰਕੇ, ਬੰਦਗੀ ਕਰਕੇ, ਮੈਂ ਵਿਸ਼ਿਆਂ ਵਿਕਾਰਾਂ ਨੂੰ ਜਿੱਤ ਕੇ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾ ਰਿਹਾ।